ਸਤਿ ਸ਼੍ਰੀ ਅਕਾਲ ਜੀ, ਦੇਸ਼ ਪ੍ਰਦੇਸ਼ ਲਾਈਵ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਲਾਈਵ ਦੇ ਵਿੱਚ ਅਸੀਂ ਤੁਹਾਡੇ ਨਾਲ ਜੁੜਾਂਗੇ ਜੀ ਫੋਨ ਕਾਲ ਜ਼ਰੀਏ। ਤੁਸੀਂ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ ਉਸ ਨੰਬਰ 'ਤੇ ਕਾਲ ਕਰਕੇ ਜਿਹੜਾ ਟੀਵੀ ਸਕਰੀਨ 'ਤੇ ਚੱਲ ਰਿਹਾ, 95571 95571। ਇੱਥੇ ਕਾਲ ਕਰੋਗੇ ਤਾਂ ਤੁਹਾਨੂੰ ਤੁਹਾਡੇ ਸਵਾਲਾਂ ਦੇ ਜਵਾਬ ਮਿਲਣਗੇ। ਤੁਸੀਂ ਸਟੂਡੈਂਟ ਵੀਜ਼ਾ ਸੰਬੰਧੀ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ ਡਾਇਰੈਕਟਲੀ ਨਵਨੀਤ ਜੀ ਤੱਕ ਕਰ ਸਕਦੇ ਹੋ। ਸ਼ਨੀਵਾਰ ਦਾ ਦਿਨ ਹੈ ਜੀ, ਕਾਫੀ ਸਾਲਾਂ ਤੋਂ ਹੀ ਗੋ ਗਲੋਬਲ ਤੋਂ ਨਵਨੀਤ ਜੀ ਸਾਡੇ ਨਾਲ ਜੁੜੇ ਆ ਰਹੇ ਨੇ, ਉਹੀ ਸਿਲਸਿਲਾ ਜਾਰੀ ਕਰਾਂਗੇ। ਨਵਨੀਤ ਭਾਅ ਜੀ, ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਅਮਨ ਭਾਅ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਧੰਨਵਾਦ ਸਮੁੱਚੀ ਸਟੂਡੀਓ ਦੀ ਟੀਮ ਅਤੇ ਚੜ੍ਹਦੇ ਕਲਾ ਟਾਈਮ ਟੀਵੀ ਦੀ ਟੀਮ ਦਾ ਕਿ ਤੁਹਾਡੇ ਰਾਬਤੇ ਕਾਇਮ ਕਰਦੇ ਹੋ। ਅਤੇ ਕਈ ਸਾਲਾਂ ਤੋਂ ਭਾਅ ਜੀ ਇਹ ਮੌਕਾ ਦੇ ਰਹੇ ਕਿ ਆਏ ਸ਼ਨੀਵਾਰ ਤੁਸੀਂ ਦੇਖਦੇ ਹੋ, ਕਾਲ ਕਰਦੇ ਹੋ, ਪਿਆਰ ਬਖਸ਼ਦੇ ਹੋ। ਸੋ ਤੁਹਾਡੇ ਭਰੋਸੇ 'ਤੇ ਫਿਰ ਖਰੇ ਉਹਨਾਂ ਦੀ ਕੋਸ਼ਿਸ਼ ਕਰਾਂਗੇ, ਖਰੇ ਉਤਰਨ ਦੀ ਕੋਸ਼ਿਸ਼ ਕਰਾਂਗੇ ਤੁਹਾਡੇ ਮਨ 'ਚ ਜਿਹੜੇ ਸਵਾਲ ਨੇ ਕਾਲ ਕਰਕੇ ਜੋ ਤੁਸੀਂ ਪੁੱਛਦੇ ਹੋ। ਭਾਅ ਜੀ, ਇੱਕ ਮੈਂ ਕਿਤੇ ਗੱਲ ਕਰ ਰਿਹਾ ਸੀ ਬੰਦੇ ਨੂੰ, ਮੈਨੂੰ ਕਹਿੰਦਾ ਸਰ ਬੁਰਾ ਨਾ ਮੰਨਿਓ, ਮੇਰਾ ਬੜਾ ਸਿੰਪਲ ਜਿਹਾ ਸਵਾਲ ਹੈ। ਮੈਂ ਕਿਹਾ ਭਰਾ ਤੇਰਾ ਨਹੀਂ ਹੈ, ਸਾਰੇ ਪੰਜਾਬ ਦਾ। ਸੋ ਮੇਰੇ ਖਿਆਲ ਕੋਈ ਇੱਕ ਸਵਾਲ ਜਿਹੜਾ ਤੁਸੀਂ ਪੁੱਛਦੇ ਹੋ ਕਿੰਨਿਆਂ ਦਾ ਫਾਇਦਾ ਕਰ ਸਕਦਾ, ਇਹ ਇੱਕ ਸੋਚਣ ਵਾਲੀ ਗੱਲ। ਪਹਿਲੇ ਤਾਂ ਧੰਨਵਾਦ ਦਰਸ਼ਕਾਂ ਦਾ ਵੀ ਜਿਹੜਾ ਪਿਆਰ ਦਿੰਦੇ ਨੇ, ਤੇ ਇਹ ਜੇ ਸਾਡੇ ਵੀਰਾਂ ਦਾ ਵੀ ਜਿਹੜੇ ਜਦੋਂ ਸੱਦਾ ਦਿੰਦੇ ਉਦੋਂ ਆ ਜਾਂਦੇ। ਮੇਰੇ ਖਿਆਲ 13 ਸਾਲ ਹੋ ਗਏ। ਹਾਂਜੀ ਬਿਲਕੁਲ ਭਾਅ ਜੀ, ਔਰ ਸ਼ਨੀਵਾਰ ਤਕਰੀਬਨ ਟੱਚਵੁੱਡ ਜੀ ਬਿਲਕੁਲ ਇੱਥੇ ਰਹੇ। ਸੋ ਵੀਕਐਂਡ ਸਾਡੇ ਨਾਲ ਹੀ ਮਨਾਉਂਦੇ ਨੇ ਜੀ। ਪਹਿਲੀ ਕਾਲ ਲੈ ਲੈਂਦੇ। ਹੈਲੋ ਹੈਲੋ ਹੈਲੋ। ਅੱਜ ਕੱਲ੍ਹ ਕੁਛ ਰੇਂਜ ਦੀ ਵੈਸੀ ਪ੍ਰੋਬਲਮ ਚੱਲ ਰਹੀ ਹੈ ਜੀ, ਹੈਗੀ ਨੈਟਵਰਕ ਦੀ ਪ੍ਰੋਬਲਮ। ਆਪਾਂ ਨੈਟਵਰਕ ਦੀ ਪ੍ਰੋਬਲਮ ਨਾਲ ਦਾ ਸਵਾਲ ਸ਼ੁਰੂ ਕਰ ਲੈਂਦੇ ਹਾਂ। ਕੁਛ ਹਲਚਲ ਹੋਈ ਹੈ ਜੀ ਕਿਊਬੈਕ ਨੂੰ? ਭਾਅ ਜੀ ਕਿਊਬੈਕ ਹਾਲੇ ਸਲੋ ਹੈ। ਦੇਖੋ ਮੇਰਾ ਆਪਣਾ ਬਹੁਤ ਪਾਸਪੋਰਟ ਫਸਿਆ ਹੋਇਆ ਅੰਦਰ, ਕਾਫੀ AIP ਤੋਂ ਬਾਅਦ PPR ਰਿਕੁਐਸਟ ਨਹੀਂ ਆਈ। ਉਹਦਾ ਭਾਅ ਜੀ ਦੋ ਚੀਜ਼ਾਂ ਸਮਝ ਆ ਰਹੀਆਂ। ਜਾਂ ਤਾਂ ਉਹਨਾਂ ਨੇ ਪਹਿਲਾਂ ਕਿਊਬੈਕ ਦੀ ਫਾਈਲ ਸਾਈਡ 'ਤੇ ਕਰਤੀ ਸੀ ਵੀ ਜਦ ਤੱਕ ਕਲੀਅਰੈਂਸ ਨਹੀਂ ਆਉਂਦੀ ਕਿਊਬੈਕ ਗਵਰਨਮੈਂਟ ਵੱਲੋਂ, ਅਸੀਂ ਡਿਸੀਜਨ ਨਾ ਲਈਏ ਤੇ ਉਹ ਸਾਈਡ 'ਤੇ ਰਹਿ ਗਈ ਹੈ। ਜਾਂ ਫੈਡਰਲ ਆਪਣੀ ਕੋਈ ਸਟ੍ਰੈਟਜੀ ਬਣਾ ਰਿਹਾ ਕਿ ਕਿਊਬੈਕ ਨੂੰ ਤਾਂ ਓਕੇ ਕਰਤਾ, ਕਿਉਂਕਿ ਉੱਥੇ ਵਰਡ ਹੈ ਭਾਅ ਜੀ ਟੈਂਪਰੇਰੀ ਰਿਲੀਫ, ਟੈਂਪਰੇਰੀ ਰਿਵੋਕ ਹੋਈ, ਸਸਪੈਂਸ਼ਨ ਪਰਮਾਨੈਂਟ ਰਹੀ ਹੈ। ਸੋ ਜਦ ਤੱਕ ਡਿਸੀਜਨ ਫਾਈਨਲ ਨਹੀਂ ਆਉਂਦਾ, ਵਰਡ ਟੈਂਪਰੇਰੀ ਹੈ, ਨਾ ਕਾਲਜ ਖਤਰੇ 'ਚ ਹੈ ਅਤੇ ਨਾ ਖਤਰੇ ਤੋਂ ਬਾਹਰ ਹੈ, ਦੋਨੋਂ ਪਾਸੇ ਹੈ, ਰਾਈਟ? ਸੋ ਪੁਆਇੰਟ ਇਹ ਵੀ ਹੁਣ ਇਹ ਅਟਕਲ ਹੈ, ਸੋਚ ਹੈ, ਜੂਏ ਹੈ, ਤੁੱਕੇ ਹੈ ਕਿ ਕੌਂਸਲੇਟ ਸਾਈਡ 'ਤੇ ਰੱਖੀ ਹੈ ਕਿ ਬਾਕੀ ਸਿਰਫ ਸਾਈਡ 'ਤੇ ਰੱਖੀ ਇਕੱਠੀਆਂ ਬਾਅਦ 'ਚ ਆਉਣਗੀਆਂ। ਭਾਅ ਜੀ ਇੱਕ ਚੀਜ਼ ਜਿਹੜੀ ਸੁਣਨ 'ਚ ਆ ਰਹੀ ਹੈ ਵੀ ਸ਼ਾਇਦ ਫਿਰ ਕੁਛ ਕਾਲਜਿਸ ਨੂੰ ਦੁਬਾਰਾ ਆਡਿਟ 'ਚ ਲਿਆ ਜਾਏਗਾ ਜਾਂ ਇੱਦਾਂ ਦਾ? ਭਾਅ ਜੀ ਸਾਰੇ ਆਡਿਟ 'ਚ, ਇਹ ਹਾਲੇ ਆਡਿਟ ਖਤਮ ਤਾਂ ਨਹੀਂ ਹੋਇਆ। ਨਹੀਂ ਨਹੀਂ ਇਹ ਦੱਸ ਨਹੀਂ, ਓਵਰਆਲ ਜਿਹੜੇ ਬਚ ਗਏ ਸੀ ਭਾਅ ਜੀ ਉਹਨਾਂ ਨੂੰ ਵੀ ਦਿੱਤਾ ਜਾਏਗਾ। ਤਕਰੀਬਨ 50 ਤੋਂ ਉੱਪਰ ਨਵੇਂ ਕਾਲਜ ਦੀ ਐਪਲੀਕੇਸ਼ਨ, ਮੈਨੂੰ ਹੁਣ ਤੱਕ ਯਾਦ ਆ ਜਦੋਂ ਇਹ ਗੱਲ ਹੋਈ ਸੀ ਤਾਂ ਆਪਾਂ ਇਕੱਠੇ ਲਾਈਵ ਕੀਤਾ, ਹੌਲੀ ਹੌਲੀ ਸਾਰੇ ਆ ਜਾਣੇ ਇਹਦੇ 'ਚ। ਬਿਲਕੁਲ, ਔਰ ਵੱਧਦੇ ਗਏ, ਪਹਿਲਾਂ 2 ਮੁੜ ਕੇ 4, ਜਿਹੜੇ ਕਹਿੰਦੇ ਸੀ ਮੇਰਾ ਹੈ ਨਹੀਂ, ਮੁੜ ਕੇ ਉਹਨਾਂ ਦਾ ਵੀ ਆ ਗਿਆ। ਆਪਾਂ ਸਵਾਲ ਲੈ ਲਈਏ ਜੀ। ਹੈਲੋ ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ, ਮਾਫ਼ ਕਰਨਾ ਜੀ, ਸਾਨੂੰ ਕਾਲ ਇੱਕ ਮਜਬੂਰੀ ਵਾਜ ਕੱਟਣੀ ਪੈਂਦੀ, ਤੁਹਾਡੇ ਸਾਹਮਣੇ ਆਵਾਜ਼ ਕਲੀਅਰ ਨਹੀਂ ਆਉਂਦੀ ਜਾਂ ਕਿਸੇ ਤਰੀਕੇ ਰਾਬਤਾ ਸਹੀ ਨਹੀਂ ਜੁੜ ਪਾਉਂਦਾ, ਚਾਹੇ ਨੈਟਵਰਕ ਪ੍ਰੋਬਲਮ ਹੈ ਜਾਂ ਰੇਂਜ ਦੀ ਪ੍ਰੋਬਲਮ ਹੈ। ਸੋ ਤੁਸੀਂ ਜਦੋਂ ਵੀ ਸਾਨੂੰ ਕਾਲ ਕਰੋ, ਰੇਂਜ 'ਚ ਰਹਿ ਕੇ ਕਰਿਆ ਕਰੋ। ਤੁਹਾਡੇ ਲਈ ਸ਼ੋਅ ਹੈ, ਅਸੀਂ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਲਈ ਹਾਜ਼ਰ ਹੋਏ ਹਾਂ, ਬਟ ਇਹਦੇ ਲਈ ਇੱਕ ਸਹੀ ਰਾਬਤਾ, ਕਲੀਅਰਲੀ ਵੋਇਸ ਹੋਣੀ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੋ ਜਾਂਦੀ ਹੈ। ਹੈਲੋ ਹੈਲੋ ਹੈਲੋ। ਤਾਂ ਭਾਅ ਜੀ ਆਪਣੇ ਆਪ 'ਤੇ ਸ਼ੱਕ ਹੋ ਲਿਆ ਭਾਅ ਜੀ, ਸਾਡਾ ਸਿਸਟਮ ਬੜਾ ਖਰਾਬ ਹੋ ਸਕਦਾ ਜੀ, ਅਸੀਂ ਵੀ ਇਹਦਾ ਮਾਫੀ ਚਾਹੁੰਦੇ ਹਾਂ। ਮੈਂ ਦੁਬਾਰਾ ਜਾਣਾ ਭਾਅ ਜੀ, ਕੈਨੇਡਾ ਨੂੰ ਲੈ ਕੇ ਕੀ ਅਪਡੇਟ ਹੈ? ਕੀ ਭਾਅ ਜੀ, ਟੋਰੋਂਟੋ ਇੱਕ ਹੌਟ ਡੈਸਟੀਨੇਸ਼ਨ ਬਣ ਗਿਆ ਫਿਰ ਦੁਬਾਰਾ, ਟੋਰੋਂਟੋ ਦੇ 2009 ਦਾ ਦਰਮਾ ਆਊਗਾ। ਜਿਵੇਂ 2009 'ਚ ਟੋਰੋਂਟੋ ਖੁੱਲ੍ਹਿਆ ਸੀ ਜਦੋਂ SPP ਪ੍ਰੋਗਰਾਮ ਦੇ ਨਾਮ 'ਤੇ ਆਇਆ ਸੀ, ਉਦੋਂ ਤਕਰੀਬਨ ਜਿੰਨੇ ਅੱਜ ਵੱਡੇ ਕਾਲਜ ਹੈ ਇਹ ਸਾਰੇ SPP ਲਿਸਟ 'ਚ ਪਾਏ ਗਏ ਸੀ। ਜਦੋਂ ਲਿਸਟ 'ਚ ਪਾਏ ਗਏ ਉੱਥੇ ਅਸੋ ਵਸੋ ਜ਼ਿਆਦਾ ਹੋਈ। ਹੁਣ ਫਿਰ ਭਾਅ ਜੀ ਕੋਈ ਪਬਲਿਕ ਪਾਰਟਨਰ ਇੰਸਟੀਚਿਊਟ, ਜਿਹੜਾ ਆਪਾਂ PPP ਦਾ ਕੰਸੈਪਟ ਕਹਿੰਦੇ ਸੀਗੇ, ਉਹਦੇ ਤਹਿਤ ਹਰ ਓਨਟੇਰੀਓ ਦਾ ਕਾਲਜ ਲਗਭਗ ਟੋਰੋਂਟੋ 'ਚ ਆ ਗਿਆ ਜਾਂ ਆ ਜਾਊਗਾ ਜਾਂ ਆਉਣ ਦੀ ਕੋਸ਼ਿਸ਼ 'ਚ ਹੈ। ਸੋ ਇੱਕ 5.5 ਲਈ ਆਪਸ਼ਨ ਮਿਲ ਗਈਆਂ ਉੱਥੇ, 6 ਓਵਰਆਲ ਨਾਲ PG ਜਿਹੜੀ ਆ ਪੋਸਟ ਗ੍ਰੈਜੂਏਟ ਦੀ ਆਪਸ਼ਨ ਮਿਲ ਗਈਆਂ। ਸੋ ਟੋਰੋਂਟੋ ਬਹੁਤ ਵੱਡੇ ਹੱਦ ਤੱਕ ਕਿਊਬੈਕ ਨੂੰ ਸੈਟਬੈਕ ਦੇਗਾ। ਆਉਂਦਾ ਹੋਇਆ ਟਾਈਮ ਜਿਹੜਾ ਹੈਗਾ ਉਹਨੂੰ ਟੋਰੋਂਟੋ ਸੈਂਟ੍ਰਿਕ ਦਿਖਦਾ ਬਹੁਤ ਜ਼ਿਆਦਾ, ਕਿਉਂਕਿ ਜਦੋਂ ਪ੍ਰਾਈਵੇਟ ਕਾਲਜਸ ਉੱਥੇ ਆ ਗਏ ਜਿਹਨਾਂ ਕੋਲ ਵਰਕ ਰਾਈਟਸ ਹੈ, ਮਤਲਬ ਕਾਲਜ ਸਰਕਾਰੀ ਹੈ, ਪ੍ਰਾਈਵੇਟ ਨਾਲ ਪਾਰਟਨਰਸ਼ਿਪ ਕਰਕੇ ਆਫਰਸ ਜਨਰੇਟ ਕਰ ਰਹੇ ਨੇ ਔਰ ਵਰਕ ਰਾਈਟਸ ਅਵੇਲੇਬਲ ਹੈ। ਕਿਊਬੈਕ ਦਾ ਡਿਲੇ ਅਤੇ ਟੋਰੋਂਟੋ 'ਚ ਅਵੇਲੇਬਿਲਿਟੀ ਮੇਰਾ ਖਿਆਲ ਸਾਰਾ ਸੰਤੁਲਨ ਨੂੰ ਬਦਲੇਗੀ। ਇਹ ਜਿਹੜੀਆਂ ਚੀਜ਼ਾਂ ਵਾਪਰ ਰਹੀਆਂ ਨੇ ਇਹਨਾਂ ਨੂੰ ਪੋਜ਼ਿਟਿਵ ਨੈਗੇਟਿਵ ਕੀ ਭਾਈ? ਦੋਨੋਂ ਸਿੱਕੇ ਇਸ ਪਹਿਲੂ ਦੇ, ਦੋ ਸਾਈਡਾਂ ਇਸ ਸਿੱਕੇ ਦੀਆਂ। ਪਹਿਲਾ ਇਹ ਹੈ ਕਿ ਅਸੀਂ ਹਮੇਸ਼ਾ ਕਹਿੰਦੇ ਵੀ ਛੋਟੇ ਸ਼ਹਿਰਾਂ ਦੇ ਵਿੱਚ ਸਕੋਪ ਜ਼ਿਆਦਾ, ਚਾਂਸਸ ਜ਼ਿਆਦਾ, ਬਟ ਜੇ ਤੁਸੀਂ ਵੱਡੇ ਸ਼ਹਿਰ 'ਚ ਰਾਈਟ ਪੜ੍ਹਾਈ ਕਰ ਰਹੇ ਹੋ ਤਾਂ ਵੱਡੇ ਸ਼ਹਿਰ 'ਚ ਓਪਰਚੁਨਿਟੀ ਵੀ ਜ਼ਿਆਦਾ, ਬਟ ਰਾਈਟ ਪੜ੍ਹਾਈ ਕਰ ਰਹੇ ਹੋ। ਰਾਈਟ ਪੜ੍ਹਾਈ ਤੋਂ ਮਤਲਬ ਰੈਲੇਵੈਂਟ ਆਊਟਕਮ ਵਾਲੀ, ਜਿਹਨੂੰ ਪੜ੍ਹ ਕੇ ਕੁਛ ਨਿਕਲੇਗਾ। ਇਹ ਦੇਖ ਕੇ ਨਾ ਜਾਓ ਟੋਰੋਂਟੋ ਦੀ ਕਲਾਸਾਂ 2 ਦਿਨ ਮੈਂ ਇੱਥੇ ਹੀ ਪੜ੍ਹਨਾ, ਇਹ ਦੇਖ ਕੇ ਜਾਓ ਕਿ ਮੈਂ ਇਹ ਪੜ੍ਹ ਕੇ ਜੋਬ ਕਿਹੜੀ ਲੱਭ ਲਵਾਂ।
नवनीत भाजी एक चीज़ जिहड़ी लाइव दे विच मैं थोड़े डिस्कशन करना चाहुंदा, लाइव प्रोग्राम है लाइव दे विच इसलिए क्योंकि काफ़ी बच्चे लाइव जुड़े हुए हो सकता उन्होंने भी सवाल होण जिन्होंने 2021 एग्जाम देने है तैयारी च ने 2020 वाले वह हले कहीं सोची पे थे भी ट्रैवल शुरू हो ले अपलाई कर दे ट्रैवल जो सौखी हो ले सौखे हो लैण मेरे को एक होर पहलू हस के कह रहा कहता सर थोड़ी देर ठहर के करिए हाले $2,000 लाए एयरपोर्ट से उन्होंने सो यह जी डिलेज भी आ रहे मैं उन्होंने गल करना चाहना हूँ 2021 पास आउट फ्रैशर्स बच्चे आ जाने 2020 वाले फिर आना जी थोड़ा गैप है तुम आ तीन चार जे इंटेक्स लंघाते वजह दसो जस्टिफाई करो उन्होंने इंपैक्ट की रहे बहुत वाला इंपैक्ट है जो 2019 वाला बच्चा बैठा ना जिहड़ा घरे बैठा सोच रहा मैं जो खुल लैन एयरपोर्ट फिर जावगा करोना आ गया से भरा पर पहला 19 में कोई करोना नहीं सगा दूजी गल करोना के उन्होंने आपकी पढ़ाई भी कराई इंडिया च भी ऑनलाइन पढ़ाई नहीं उन्होंने भाजी कई बार कैनेडा ऐ लगता भी कैनेडा ओपन करके तो फोन करूगा भी भाजी हूँ कर दो छेती आ जाओ ब्रदर भी तुम्हारे बॉर्डर खुल गए टिकटा भी सस्ती हो गई एयरपोर्ट से भी क्वारंटीन बंद करता तो क्वारंटीन का प्रोसेस कैंसल कर भलेखिया भाजी सुपने हैं जिन्हें मर्जी ले लो जी नहीं फिर असं कहेंगे जी मेरी फाइल लगी सी एजेंट ने रिफ्यूज कराती भाजी तुम बिलीव को मे भी ओपन है हले जुलाई भी ओपन है सितंबर 21 भी ओपन है भाजी यकीन मनो जनवरी 22 भी ओपन सो बच्चा संजीदा सीरियस है सितंबर 22 की इनटेक है कई कॉलेज की जैसे अल्बर्टा की गल करिए कई कॉलेज की इनटेक सितंबर 22 तक की लिस्ट आनी शुरू हो गई है सो बच्चे सीरियस ये तो है नहीं कि भी आप जो उठाँगे जिस दिन उठाँगे बॉर्डर खुल गया आप जहाज चढ़ जाएंगे भाजी डिले एक नवी रियलिटी है लंबा प्रोसेस एक नवा सच है राइट एक नवा सच है प्रोविंसेस ने कहता सी ऑफलाइन क्लासेस लैन तैयार बीसी ने कहता अल्बर्टा ने कहता ओंटारियो की हले कोई ऑफिशियल कम्युनिकेशन नहीं है बट किन्नियां नूं किद्दां सिंगापुर एयर बबल बनेगा उत्थे क्वारंटीन करके गिर जावांगे न्यू साउथ वेल ने कहा जी सानू बच्चे चाहिए हैं विक्टोरिया की यूनिवर्सिटीज ने कहा भी जे साडे कोले बच्चे ना आए सुनन चाह रहे हैं कि उन्होंने कहा वील बी फोर्स टू फाइल बैंकरप्स यहोजा प्रेशर हैगा बट इहदा मतलब यह तो है नहीं हुण लोकां ने नैगेटिव की बना देना कि देखो जी ऑस्ट्रेलिया की यूनिवर्सिटी आ गई गोडिया से जे आप ना गए तो बंद हो जाए बंद हो जाए सो यह कोई भुलेखा नहीं सो ठीक है पेंडेमिक कंडीशन है हर कोई ये जरा इधर सफर कर रहे हैं बट उदो मतलब नहीं भी इनू जरा बिल्कुल ही इग्नोर कर दिता जाएगा माल्टा ने भी शुरू किया तुसी दुबई अपना क्वारंटाइन होना दुबई तो बाद फिर माल्टा ट्रैवल कर सकते हो काफ़ी चीज़ा सामने आ रही ने बट माहौल के हिसाब से चलना पैना जिवें भाई ने कहा 2019 वाले हले सोची जाते तो 2021 वाले आ गए फिर वो दो साल गैप आस्ट्रेलिया की खासकर आने बड़े रिलैक्स भी बैन कहने जी ओवरऑल 5.5 एक च पां जी बाकी 3.5 19 सलाह करते दसते हैं सू भी हाले 19 वाला सलाह कर रहा है दसदा तो कदों फाइल लानी है की एक्सप्लेन करा करोना आ गया आयल्स कर रहे कि नौ बैंड लेते हैं नैक्सट कॉल ले लेने शायद जुड़ जाइए हैलो हैलो मैं लगता जी कितना कितने प्रॉब्लम शायद साडे साइड तो आ या नैटवर्क नू लेके प्रॉब्लम है जिहड़ी असी कॉल जोड़नी पर कोशिश असी फिर भी करते रहेंगे हैलो हैलो सत श्री अकाल जी जी मैम की पूछना चाहते हैं छे नवंबर कॉलेज केड़ा मैम मैं लगता सो CDA मैंने जो लगा CDA CDE दोनों सवाल के कटकड़े खड़े हुए थे बट भाजी 6 नवंबर छोड़ो मेरे को तो पुरानी फाइल पई जिन्हें रिजल्ट नहीं आए मेरे को कई AIP पई है जिन्होंने पासपोर्ट रिक्वेस्ट नहीं आई क्वैक की हाँ पासपोर्ट रिक्वेस्ट साड़ी ओंटेरियो की भी स्लो सी बट ओंटेरियो की पिछले कुछ दिनों पिक हुई है हूँ यह नहीं समझ आ रहा कि फैडरल ने नकेल पाई है या फाइल सैग्रीगेट करती गई है कि पहले इन्हें आउटकम दे दो क्योंकि उन्होंने रोलिंग इनटेक ज्यादा हूँ दूजे पास गल करिए तो क्वैक का हर 2 महीने बाद इनटेक है ओंटेरियो च नहीं सो कित इतों तक भी काम किया गया हो सकता कि जनवरी मई पहले इन्हों का क्लीयर कर दो ओंटेरियो का क्योंकि पब्लिक कॉलेजेस है और इन्हों के अगली इनटेक सितंबर है और प्रेशर ज्यादा है कि दूजे कॉलेजेस प्राइवेट ने या स्मॉलर कॉलेजेस ने जिन्हें रोलिंग इनटेक है हर 2 महीने बाद इनटेक है सो ये सारी अटकल ये दिल खुश करने की गल है या एम्बेसी ने कोई नकेल कसी है बट यही है भी क्यूबैक के कोई नैगेटिव रिजल्ट आ गए
ਸੋ ਜਿਹੜੀ ਇੱਕ ਸਿਲਵਰ ਲਾਈਨਿੰਗ ਇਹ ਹੈ ਜੇ ਉਹਨਾਂ ਨੇ ਵਿਹਲਾ ਕਰਨਾ ਹੁੰਦਾ ਭਾਜੀ ਰਿਫਿਊਜ਼ ਵੀ ਕਰ ਸਕਦੇ ਸੀ ਜ਼ਰੂਰੀ ਤਾਂ ਨਹੀਂ ਕੋਈ ਜੇ ਉਹਨਾਂ ਦਿਨ ਚ 2000 ਫਾਈਲ ਉਡਾਣੀ ਉਡਾ ਕੇ ਭਰਵਾ ਲਣਗੇ ਸਾਨੂੰ ਜਵਾਬਦਾਰੀ ਥੋੜਾ ਵੀ ਕਿਉਂ ਰਿਫਿਊਜ਼ ਕੀਤਾ ਉਹਨਾਂ ਨੇ ਉਹ ਨਹੀਂ ਬੁਲਾਉਣਾ ਨਹੀਂ ਬੁਲਾਉਣਾ ਨਹੀਂ ਬੁਲਾਉਣਾ ਸੋ ਕਾਲ ਲੈਣੀ ਹੈ ਹੈਲੋ ਹੈਲੋ ਮਾਫੀ ਚਾਹੁੰਦੇ ਜੀ ਅੱਜ ਆਵਾਜ਼ ਕਾਫੀ ਡਿਸਟਰਬ ਕਰ ਰਹੀ ਹੈ ਸਾਰੇ ਆਪਣੀ ਟੀਵੀ ਦੀ ਸਪੀਕਰ ਦੀ ਆਵਾਜ਼ ਨਹੀਂ ਕੱਢਦੇ ਆਪਣੀ ਹੈਲੋ ਸੁਣਨ ਦੇ ਕਰਕੇ ਵੀ ਕਈ ਵਾਰੀ ਆ ਦਿੱਕਤ ਆ ਜਾਂਦੀ ਹੈ ਅੱਛਾ ਨਹੀਂ ਭਾਜੀ ਜਿੱਥੇ ਅਸੀਂ ਗੱਲ ਕਰ ਰਹੇ ਹਾਂ ਕੈਨੇਡਾ ਦੀ ਆਸਟ੍ਰੇਲੀਆ ਦੀ ਅੱਜ ਬੈਕ ਟੂ ਜੇ ਅਸੀਂ ਗੱਲ ਕਰੀਏ ਨੇੜੇ ਆ ਆਪਾਂ ਬਰਥਡੇ ਆਫ ਕੋਵਿਡ ਆਉਣ ਵਾਲਾ ਜਦੋਂ ਲਾਕਡਾਊਨ ਲੱਗਿਆ ਸੀਗਾ 2 ਮਾਰਚ ਸਭ ਤੋਂ ਪਹਿਲੀ ਕੰਟਰੀ ਜਿਹੜੀ ਖੁੱਲੀ ਸੀ ਉਹਦੇ ਬਾਰੇ ਨਾ ਗੱਲ ਕਰੀਏ ਤਾਂ ਉਹਦੇ ਨਾਲ ਵੀ ਕਿਤੇ ਨਾ ਕਿਤੇ ਧੱਕਾ ਹੋ ਜਾਣਾ ਯੂਕੇ ਬਾਰੇ ਕੀ ਕਹਿਣਾ ਭਾਜੀ ਯੂਕੇ ਅੱਜ ਵੀ ਗ੍ਰਾਂਟਸ ਦੇ ਰਿਹਾ ਯੂਕੇ ਨੇ ਨਵੀਂ ਪੀਆਰ ਪਾਲਿਸੀ ਕੱਢੀ ਭਾਜੀ ਯੂਕੇ ਨੇ ਸਟੂਡੈਂਟ ਸਪੇਸ ਜਿਹਨੂੰ ਆਪਾਂ ਕਹਿੰਦੇ ਸਟੂਡੈਂਟ ਦਾ ਇਲਾਕਾ ਹੈ ਜਿਹੜਾ ਪੜ੍ਹਨ ਵਾਲਾ ਬੱਚਾ ਭਾਜੀ ਮੈਂ ਸਟੂਡੈਂਟ ਦੀ ਜੈਨੂਇਨ ਸਟੂਡੈਂਟ ਦੀ ਗੱਲ ਕਰ ਰਿਹਾ ਲੈਂਡਡ ਇਮੀਗ੍ਰੈਂਟ ਦੀ ਨਹੀਂ ਕਰ ਰਿਹਾ ਉਹਨੂੰ ਇੱਕ ਬੜਾ ਸੀਰੀਅਸ ਕੰਪੀਟੀਸ਼ਨ ਮਿਲਣਾ ਤਿੰਨ ਮੁਲਕਾਂ ਨੂੰ ਭਾਜੀ ਕੈਨੇਡਾ ਤਾਂ ਹੈ ਹੀ ਆਪਣੀ ਰੇਸ 'ਚ ਆਸਟ੍ਰੇਲੀਆ ਯੂਕੇ ਅਤੇ ਯੂਐਸ ਤਿੰਨੋਂ ਚੰਗੇ ਕੁਆਲਿਟੀ ਬੱਚੇ ਲਈ ਭਿੜਨ ਦੇ ਤਿੰਨਾਂ ਦੀ ਸਟੈਮ ਨੂੰ ਲੈ ਕੇ ਇਹ ਜਿਹੜੀ ਪੋਲਿਸੀ ਪੀ ਆਰ ਦੀ ਕਲੀਅਰ ਆ ਜਿੱਥੇ ਯੂਕੇ ਦੇ ਵਿੱਚ ਪਹਿਲਾਂ ਹੁੰਦਾ ਸੀਗਾ ਕਿ ਤੁਹਾਨੂੰ ਜੇ ਜੋਬ ਮਿਲੇਗੀ ਤਾਂ ਵਰਕਰੇਟ ਮਿਲਣਗੇ ਸੋ ਉਹਨਾਂ ਨੇ ਓਪਨ ਕਰਤਾ ਵੀ ਇਰਰਿਸਪੈਕਟਿਵ ਤੁਹਾਡੇ ਕੋਲ ਜੋਬ ਹੈ ਕਿ ਨਹੀਂ ਹੈ 2 ਈਅਰਸ ਦਾ ਤੁਹਾਨੂੰ ਸਟੇ ਬੈਕ ਪੀਰੀਅਡ ਮਿਲ ਰਿਹਾ ਜਿਵੇਂ ਯੂਐਸ ਸਟੇ ਬੈਕ ਮਿਲਦਾ ਸੀ ਸਟੇ ਬੈਕ ਮਿਲ ਗਿਆ ਉਹ ਤੋਂ ਬਾਅਦ ਭਾਜੀ ਜਿਹੜਾ ਯੂਕੇ ਨੇ ਦੂਜਾ ਕੰਮ ਕੀਤਾ ਜਿਹੜੇ ਪਹਿਲਾਂ ਟੀਅਰ 4 ਸਪੋਂਸਰ ਸੀਗੇ ਟੀਅਰ 2 ਸਪੋਂਸਰਸ ਉਹਦੀ ਲਿਸਟ ਵਾਈਡਨ ਅਪ ਕਰਨੀ ਸ਼ੁਰੂ ਕਰਤੀ ਨਵੇਂ ਪਲੇਅਰਸ ਨੂੰ ਦਿੱਤਾ ਸੋ ਕਿਤੇ ਨਾ ਕਿਤੇ ਹਰ ਕੰਟਰੀ ਨੂੰ ਪੜ੍ਹੇ ਲਿਖੇ ਚੰਗੇ ਬੱਚੇ ਦੀ ਲੋੜ ਹੈ ਮੈਂ ਇੱਕ ਭਾਜੀ ਨਾਲ ਸ਼ੋਅ 'ਚ ਪਹਿਲਾਂ ਗੱਲ ਕਰਦਾ ਸੀ ਕਿ ਮੈਨੂੰ ਇੱਕ ਸੂਝਵਾਨ ਸੱਜਣ ਕਹਿੰਦੇ ਯਾਰ ਸਟੂਡੈਂਟ ਤੋਂ ਬੜਾ ਪੈਸਾ ਕਮਾਉਂਦੇ ਰਹੇ ਹੋ ਮੈਂ ਕਿਹਾ ਜੀ ਸਟੂਡੈਂਟ ਤੋਂ ਇਕਾਨਮੀ ਚਲਾਉਂਦੇ ਨੇ ਉਹਦਾ ਸਵਾਲ ਅਮਨ ਭਾਜੀ ਜਦੋਂ ਬੰਦਾ ਗਿਆ ਪਹਿਲਾਂ ਇੱਥੋਂ 30-40 ਹਜ਼ਾਰ ਡਾਲਰ ਲੈ ਕੇ ਗਿਆ ਜਾ ਕੇ ਉੱਥੇ ਵੀਕਐਂਡ 'ਤੇ ਕੰਮ ਕੀਤਾ ਉੱਥੇ ਟੈਕਸ ਭਰਿਆ ਜਿਹੜਾ ਪੈਸਾ ਕਮਾਏ ਰਹੇ ਉੱਥੇ HST ਭਰਿਆ ਕਾਰ ਲਿੱਤੀ ਉਹਦੀ ਕਿਸ਼ਤ ਦਿੱਤੀ ਤੇਲ ਲਿੱਤਾ ਉੱਥੇ ਟੈਕਸ ਦਿੱਤਾ ਰਾਸ਼ਨ ਲਿਆ ਅਲਟੀਮੇਟਲੀ ਘਰ ਲੈਣ ਤੱਕ ਜਦ ਤੱਕ ਬੰਦਾ ਖੜਾ ਹੁੰਦਾ ਤਾਂ ਕਿੰਨੇ ਕੁ ਮਿਲੀਅਨ ਡਾਲਰ ਦੀ ਇੰਡਸਟਰੀ ਹੈਗੀ ਬਿਲੀਅਨਸ ਆਫ ਡਾਲਰ ਦੀ ਇੰਡਸਟਰੀ ਹੈ ਬਟ ਹਰ ਇੱਕ ਬੰਦੇ ਨੂੰ ਇੱਕ ਕਰੀਮ ਵੀ ਮਿਲਦੀ ਨਾਲ ਬਿਲੀਅਨ ਦੀ ਸੋ ਪੂਰੇ ਵਿਸ਼ਵ ਭਰ ਪੜ੍ਹਿਆ ਲਿਖਿਆ ਬੱਚਾ ਚਲਾ ਜਾਂਦਾ ਭਾਜੀ 12-13 ਮੁਲਕ ਇਹੋ ਜਿਹੇ ਨੇ ਜਿਹੜੇ ਕਿਸੇ ਵੀ ਵੱਡੇ ਮੁਲਕ ਜਾਣ ਨੂੰ ਹਮੇਸ਼ਾ ਤਿਆਰ ਬੈਠੇ ਜਿਹਨਾਂ 'ਚ ਬੱਚੇ ਚੰਗੇ ਪੜ੍ਹੇ ਲਿਖੇ ਬੱਚੇ ਵੀ ਇਕੱਲਾ ਪੰਜਾਬ ਸੂਬਾ ਨਹੀਂ ਹੈ ਭਾਜੀ ਅੱਜ ਸਾਡੇ ਕੋਲ ਮੱਧ ਪ੍ਰਦੇਸ਼ ਤੋਂ ਰਾਜਸਥਾਨ ਤੋਂ ਛੱਤੀਸਗੜ੍ਹ ਤੋਂ ਬੰਗਾਲ ਤੋਂ ਇਨਕੁਆਇਰੀ ਆਉਂਦੀ ਹੈ ਭਾਈ ਅੱਗੇ ਕੀ ਹੁੰਦਾ ਸੀ ਇਕੱਲਾ ਪੰਜਾਬ ਹਰਿਆਣਾ ਹਿਮਾਚਲ ਉਦਰਪੁਰ ਆਪਣਾ ਉੱਤਰਾਖੰਡ ਹੁੰਦਾ ਸੀਗਾ ਇੱਥੇ ਦਾ ਹੀ ਹੁੰਦਾ ਸੀ ਸੋ ਅੱਜ ਇਹ ਸੰਚਲਨ ਪੂਰੇ ਇੰਡੀਆ 'ਚ ਵੱਧ ਗਿਆ ਔਰ ਜਿੰਨੀ ਭਾਜੀ ਕੁਆਲਿਟੀ ਬੱਚੇ ਦੀ ਇਨਕੁਆਇਰੀ ਹੈ ਦਿੱਲੀ ਤੋਂ ਆ ਰਹੀ ਹੈ ਅਸੀਂ ਦਿੱਲੀ ਆਫਿਸ ਖੋਲ੍ਹਣ ਨੂੰ ਸੰਜੀਦਾ ਹੋ ਕੇ ਸੋਚ ਰਹੇ ਹਾਂ ਜਿੰਨੇ ਚੰਗੇ ਬੱਚੇ ਦੀ ਇਨਕੁਆਇਰੀ ਦਿੱਲੀ ਤੋਂ ਆ ਰਹੀ ਹੈ ਸੋ ਮੁਲਕਾਂ ਨੂੰ ਪਤਾ ਕਿ ਪੰਜਾਬ ਜਾਂ ਇੰਡੀਆ ਦੇ ਵਿੱਚੋਂ ਕਰੀਮ ਵੀ ਆਉਣੀ ਹੈ ਸੋ ਕਿਹਦੇ ਲਈ ਮੁਸ਼ਕਿਲ ਵੱਧ ਰਹੀ ਹੈ ਮੁਲਕ ਲਈ ਨਹੀਂ ਵੱਧ ਰਹੀ ਇਹ ਤੁਹਾਡੇ ਲਈ ਵੱਧ ਰਹੀ ਜਿਹੜੇ ਆਪਾਂ ਇੱਥੇ ਓਵਰ ਕੌਨਫੀਡੈਂਸ ਦੇ ਸ਼ਿਕਾਰ ਆ ਕਿ ਏਜੰਟ ਨੂੰ ਇਹਨੇ ਪੈਸੇ ਦਿੱਤੇ ਪੱਕੇ ਹੋ ਜਾਣਗੇ ਅਸੀਂ ਇਹ ਭੁੱਲ ਰਹੇ ਹਾਂ ਕਿ ਪਿੱਛੋਂ ਕਿੱਦਾਂ ਲੋਕ ਤੁਰਦੇ ਆ ਰਹੇ ਸੋ ਇੱਕ ਕੁਆਲਿਟੀ ਬੈਂਚ ਮਾਰਕ ਅੱਜ ਤੋਂ ਪਹਿਲਾਂ ਯਾਦ ਕਰੋ ਅਸੀਂ ਮਾਂ ਪਿਓ ਅਕਸਰ ਕਹਿੰਦੇ ਸੀ ਗੁੱਸਾ ਨਾ ਮੰਨਿਓ ਚਲ ਉਰੇ ਕੁਛ ਨਹੀਂ ਹੁੰਦਾ ਇਹਨੂੰ ਬਾਹਰ ਭੇਜ ਦੇ ਇਹੀ ਸਵਾਲ ਕਿਹਾ ਜਾਂਦਾ ਸੀਗਾ ਅੱਜ ਕਹਿੰਦੇ ਆ ਓਕੇ ਇੱਥੇ IIT JEE ਨਹੀਂ ਮਿਲੀ ਨੈਕਸਟ ਯੂਨੀਵਰਸਿਟੀ ਕਿਹੜੀ ਹੈ ਓਕੇ ਇੱਥੇ ਇਹਨੂੰ ਟੋਪ MBA ਨਹੀਂ ਮਿਲੀ ਉੱਥੇ ਕਿੱਥੇ ਪੜ੍ਹ ਸਕਦਾ ਸੋ ਉਹ ਬਰੀਡ ਉਹ ਕੈਟਾਗਰੀ ਦਾ ਜਿਹੜਾ ਅੱਜ ਇਨਫਲੋ ਵੱਧ ਰਿਹਾ ਤੁਹਾਡੇ ਲਈ ਘਾਤਕ ਸਾਬਤ ਹੋਣਾ ਜਿਹੜੇ ਘਰੇ ਬੈਠੇ ਅੱਜ ਵੀ ਸੋਚ ਰਿਹਾ ਕੋਈ ਨਹੀਂ ਕੋਈ ਪੈਕੇ ਦਾ ਜੁਗਾੜ ਲਾਉਂਦੇ ਆ ਜਾਂ ਗੈਪ ਕਿਵੇਂ ਕਵਰ ਹੋਣਾ ਪਹੁੰਚ ਜਾਂਦੇ ਬਾਕੀ ਤਾਂ ਮੈਂ ਦੇਖ ਲਵਾਂ ਸੋ ਉਹੀ ਨਾ ਹੋਵੇ ਜੋ ਆਸਟ੍ਰੇਲੀਆ 'ਚ ਹੋਇਆ ਸੀ ਜਦੋਂ ਦੇਸ਼ ਨੂੰ ਲੋਕ ਪਰਤੇ ਆਪਾਂ ਕਿਆ ਕੰਟਰੀ ਮਾਰੀ ਹੈ ਰਾਈਟ ਸੋ ਯੂਕੇ ਦੀ ਤੁਸੀਂ ਗੱਲ ਕਰੋ ਤਾਂ ਯੂਕੇ ਅੱਜ ਵੀ ਭਾਜੀ ਓਵਰਆਲ 5.5 ਬੈਂਡ 'ਤੇ ਵੀ ਅਸੀਂ ਮਾਸਟਰਸ ਭੇਜ ਰਹੇ ਵਿਦਾਊਟ ਆਇਲਸ ਹੱਥ ਬੰਨੇ ਭਾਜੀ ਮੈਂ ਪਹਿਲਾਂ ਵੀ ਬਹੁਤ ਘੱਟ ਕੀਤਾ ਹੁਣ ਵੀ ਬਹੁਤ ਘੱਟ ਕਰਦਾ USA ਵੀ ਵਿਦਾਊਟ ਆਇਲਸ ਬਹੁਤ ਘੱਟ ਕਰਾਂਗੇ ਉਹਦਾ ਕਾਰਨ ਹੈ ਜਿਹੜੀ ਕੰਟਰੀ 'ਚ ਇੰਟਰਵਿਊ ਹੀ ਕਲੀਅਰ ਹੈ ਅਗਲਾ ਕਹਿੰਦੇ ਵੀ ਤੂੰ ਇੰਟਰਵਿਊ ਦੀ ਸਪੀਕਿੰਗ ਕਰਨ ਨੂੰ ਬਹੁਤ ਤਿਆਰ ਹੈ ਸਪੀਕ ਨਾ ਪੇਪਰ ਨਹੀਂ ਦੇਣਾ ਕਿ 14,000 ਰੁਪਈਆ ਬਚਾਇਆ ਸੋ PTE ਨੂੰ ਮੰਨ ਰਹੇ ਹੋ PTE ਦੇ ਲੋ ਯਾਰ ਜੇ ਆਇਲਸ ਤੋਂ ਡਰ ਲੱਗਦਾ ਰਾਈਟ ਯੂਕੇ ਅੱਜ ਵੀ ਸਪਾਊਸ ਅਲਾਊਡ ਹੈ ਕੋਈ ਸਪਾਊਸ ਨੂੰ ਨਾ ਨਹੀਂ ਹੈ ਸਪਾਊਸ ਵੀ ਸਾਡੇ ਕੋਲ ਅੱਜ ਵੀ ਆਉਂਦੇ ਨੇ ਯੂਕੇ ਅੱਜ ਵੀ ਬਸ ਬੈਚਲਰਸ ਤੋਂ ਬਾਅਦ ਗੈਪ ਐਕਸੈਪਟ ਕਰ ਰਿਹਾ ਸੋ ਸਾਰੀਆਂ ਉਹੀ ਚੀਜ਼ਾਂ ਨੇ ਸਿਰਫ ਐਡ ਘੱਟ ਗਈ ਕਿਉਂਕਿ ਪੈਕੇਜ ਬੰਦ ਹੋ ਗਏ ਸੋ ਕਾਲ ਲੈਣ ਦੀ ਕੋਸ਼ਿਸ਼ ਕਰਦੇ ਹਾਂ ਹੈਲੋ ਹੈਲੋ ਮੈਨੂੰ ਲੱਗਦਾ ਜੀ ਅੱਜ ਫੋਨ ਦਾ ਵੀ ਮੂਡ ਹੈ ਸੋ ਮਾਫੀ ਚਾਹੁੰਦੇ ਹਾਂ ਜੀ ਸਾਡੇ ਵੱਲੋਂ ਜੇ ਦਿੱਕਤ ਆ ਰਹੀ ਵੀ ਟਰਾਈ ਅਸੀਂ ਕਰ ਰਹੇ ਹਾਂ ਹੁਣ ਬੈਕ ਟੂ ਡਿਸਕਸ਼ਨ ਜਿਹੜੇ ਬੱਚੇ ਹੁਣ ਜਾਣਾ ਚਾਹੁੰਦੇ ਨੇ ਉਹਨਾਂ ਦਾ ਸਵਾਲ ਰਹਿੰਦਾ ਵੀ ਮੇ ਇਨਟੇਕ ਤੋਂ ਬਾਅਦ ਸਿਰਫ ਸਪਟੰਬਰ ਵੀ ਓਪਨ ਜਾਂ ਵਿੱਚ ਇੰਟਰਨਲ ਕੋਈ ਫਲੋਟਿੰਗ ਜੁਲਾਈ ਇਨਟੇਕ ਟੋਰੋਂਟੋ ਏਰੀਆ ਵੀ ਆ ਗਈ ਓਕੇ ਕਿਉਂ ਬੈਕ 'ਚ ਵੀ ਸੀਗੀ BC 'ਚ ਵੀ ਹੈਗੀ ਓਕੇ ਦੂਜੀ ਗੱਲ ਜਿਹੜੀ ਭਾਜੀ ਸਪਟੰਬਰ 'ਚ ਵੀ ਜਾਣਾ ਚਾਹੁੰਦੇ ਸਪਟੰਬਰ 'ਚ ਵੀ ਜਾਣਾ ਚਾਹੁੰਦੇ ਚਾਹੁੰਦੇ ਹੀ ਰਹਿ ਜਾਣਗੇ ਜਿਹੜੇ ਹਾਲੇ ਤਾਂ ਘਰੇ ਬੈਠੇ ਸਪਤੰਬਰ ਦੇ ਸੁਪਨੇ ਲੈ ਰਹੇ ਆ ਆ ਜਾਓ ਮੇਰੇ ਕੋਲ ਦੇਖ ਲਓ ਮੇਲਸ ਰੱਖ ਲਓ ਪ੍ਰੋਗਰਾਮ ਫਿਲ ਪ੍ਰੋਗਰਾਮ ਕਲੋਜ਼ ਪ੍ਰੋਗਰਾਮ ਫੁੱਲ ਪ੍ਰੋਗਰਾਮ ਕਲੋਜ਼ ਜਿਹੜੀ ਅਸੀਂ ਪਹਿਲਾਂ ਗੱਲ ਕੀਤੀ ਅੱਗੇ ਜੇ ਆਪਾਂ ਭਾਰਤ ਦੀ ਗੱਲ ਵੀ ਕਰੀਏ ਤਾਂ ਨੌਰਥ ਇੰਡੀਆ ਗੁਜਰਾਤ ਜਾਂ ਕੀ ਕਹਿੰਦੇ ਉਧਰੋਂ ਥੱਲੇ ਆਪਣਾ
ਹੈਦਰਾਬਾਦ ਵਾਲਾ ਏਰੀਆ ਇਹ ਐਕਟਿਵ ਹੁੰਦਾ ਸੀ। ਅੱਜ ਦਿੱਲੀ ਵੀ ਆ ਗਿਆ ਇਸ ਰੇਸ 'ਚ, ਮੱਧ ਪ੍ਰਦੇਸ਼ ਵੀ ਆ ਗਿਆ, ਹਿਮਾਚਲ ਆਉਣਾ ਸ਼ੁਰੂ ਹੋ ਗਿਆ ਰੇਸ ਦੇ ਵਿੱਚ, ਅੱਜ ਯੂਪੀ 'ਚੋਂ ਬੱਚੇ ਆਉਣੇ ਸ਼ੁਰੂ ਹੋ ਗਏ, ਸਾਡੇ ਕੋਲ ਲਖਨਊ ਤੋਂ ਇਨਕੁਆਇਰੀ ਆਉਂਦੀ ਅੱਜ ਤਰੀਕ ਦੇ ਵਿੱਚ, ਰਾਈਟ, ਉਹ ਸ਼ਹਿਰ ਜਿੱਥੋਂ ਬੱਚੇ ਨਹੀਂ ਸੁਣਿਆ ਸੀ ਭਾਅ ਜੀ, ਆਗਰਾ, ਆਗਰਾ ਤੋਂ ਸਟੂਡੈਂਟਸ ਦੀ ਇਨਕੁਆਇਰੀ ਆ ਰਹੀ ਕਿ ਸਰ ਹਮ ਜਾਣਾ ਚਾਹਤੇ ਹੈਂ ਆਪਕਾ ਦਿੱਲੀ ਮੇਂ ਆਫਿਸ ਹੈ, ਰਾਈਟ। ਸੋ ਜਦੋਂ ਇਹ ਚੀਜ਼ ਨੂੰ ਅੰਡਰਸਟੈਂਡ ਕਰੋ, ਇਹ ਆਪਣੇ ਪੰਜਾਬ ਵਾਲਿਆਂ ਲਈ ਐਜ਼ ਅ ਕੰਸਲਟੈਂਟ ਦੇ ਲਈ ਚੰਗੀ ਖਬਰ ਹੈ, ਪਰ ਮੇਰੇ ਜਿਹੜੇ ਪੰਜਾਬ ਵਾਲੇ ਮੂਲ ਭਾਈ ਪਹਿਲਾਂ ਉਹਨਾਂ ਲਈ ਔਖੀ ਖਬਰ ਹੈ ਵੀ ਕੰਪੀਟੀਸ਼ਨ ਵਧੂ, ਅੰਗਰੇਜ਼ੀ ਵੱਧ ਵਾਲੇ ਬੱਚੇ ਮਿਲੂਗੇ, ਪਲੱਸ ਸੀਟਾਂ ਬਹੁਤ ਛੇਤੀ ਭਰਨਗੀਆਂ। ਭਾਅ ਜੀ ਸਾਨੂੰ ਕਾਲਜ ਦੀ ਹਦਾਇਤ ਹੈ ਕਿ ਮੇਰੇ ਕੋਲ ਚੰਦ ਇੱਕ ਕਾਲਜ ਹੈ ਜਿੱਥੇ ਮੈਂ ਪੰਜਾਬ ਦੇ ਬੱਚੇ ਰਿਕਰੂਟ ਨਹੀਂ ਕਰਦਾ, ਰੈਸਟ ਆਫ ਇੰਡੀਆ ਕਰ ਸਕਦਾ। ਮੈਨੂੰ ਲੀਗਲੀ ਮੇਰੇ ਕੋਲ ਕੰਟਰੈਕਟ ਹੈ, ਮੈਂ ਆਪ ਤੇ ਮੂੰਹ ਮੰਨਦਾ ਕਿ ਉਹ ਕਾਲਜ ਦਾ ਬੱਚਾ ਪੰਜਾਬ ਤੋਂ ਰਿਕਰੂਟ ਨਹੀਂ ਕਰ ਸਕਦਾ। ਕਹਿੰਦਾ ਜੀ ਇਨਫ ਏਜੰਟਸ ਇਨਫ ਸਟੂਡੈਂਟ, ਰੈਸਟ ਆਫ ਇੰਡੀਆ ਵਿੱਚ ਲਿਖਿਆ ਰੈਸਟ ਆਫ ਇੰਡੀਆ ਦੁਬਈ ਸ੍ਰੀਲੰਕਾ ਸਿੰਗਾਪੁਰ ਐਕਸੈਪਟ ਪ੍ਰੋਵਿਜ਼ਨ ਆਫ ਪੰਜਾਬ, ਮੇਰੇ ਕੰਟਰੈਕਟ ਦੇ ਵਿੱਚ ਲਿਖਿਆ ਵੀ ਤੂੰ ਇੱਥੋਂ ਬੱਚਾ ਇਸ ਕਾਲਜ ਨਹੀਂ ਰਿਕਰੂਟ ਕਰ ਸਕਦਾ। ਸੋ ਆਪਾਂ ਇਹ ਚੀਜ਼ ਨੂੰ ਸਮਝ ਨਹੀਂ ਰਹੇ, ਰਾਈਟ, ਜਿਹੜੇ ਘਰੇ ਬੈਠ ਕੇ ਆਪਾਂ ਸੋਚਦੇ ਹਾਂ ਹਾਲੇ ਕਿ ਜਦੋਂ ਮਰਜ਼ੀ ਜਾਂਦੇ ਰਹਾਂਗੇ ਬੜੀ ਦਿੱਕਤ ਆਉਣੀ ਹੈ, ਪੂਰੇ ਇੰਡੀਆ ਦੇ ਵਿੱਚੋਂ ਬੱਚਾ ਜਾਣ ਨੂੰ ਲਾਈਨ 'ਚ ਖੜਾ ਤਿਆਰ। ਸੋ ਜੋ ਅੱਜ ਡਿਸਕਸ਼ਨ ਹੋ ਰਹੀ ਹੈ ਬੜੀ ਲਾਹੇਵੰਦ ਹੈ ਤੁਹਾਡੇ ਲਈ ਜਿਹੜੇ ਹੁਣ ਜਾਣਾ ਚਾਹੁੰਦੇ ਨੇ, ਕਿਉਂਕਿ ਜਿਹੜੀਆਂ ਚੀਜ਼ਾਂ ਡਿਸਕਸ਼ਨ ਦੇ ਵਿੱਚ ਸਾਹਮਣੇ ਆ ਰਹੀਆਂ ਇਹ ਨੋਰਮਲੀ ਸਾਰਿਆਂ ਦੇ ਸਵਾਲ ਨੇ। ਭਾਜੀ ਇੱਕ ਚੀਜ਼ ਹੋਰ, ਬਹੁਤ ਬੱਚਿਆਂ ਦਾ ਕੁਐਸਚਨ ਆ ਰਿਹਾ ਕਿ ਸਰ ਤੁਸੀਂ ਕਹਿ ਰਹੇ ਹੋ ਕਿ ਸਾਡੇ ਫਾਈਨਲ ਅਪਲਾਈ ਕਰ ਲਓ, ਬਾਕੀ ਏਜੰਟਸ ਮਨਾ ਕਰ ਰਹੇ ਹਨ। ਏਜੰਟਸ ਮਨਾ ਤਾਂ ਕਰ ਰਹੇ ਹੈ ਕਿ ਉੱਥੇ ਮਿਹਨਤ ਕਰਨੀ ਪੈਂਦੀ ਹੈ, ਔਰ ਨੋਨ ਐਸ ਮੈਂ ਆਪ ਕਹਿੰਦਾ ਐਸ ਟੀ ਐਸ ਕਰੋ, ਸਿਕਸ ਈਚ ਲਾਓ, ਫਾਈਨ ਲਾਓ, ਕੀ ਸਿਕਸ ਈਚ ਤੇ ਵੀਜ਼ੇ ਦੀ ਗਰੰਟੀ ਹੈ? ਪ੍ਰੋਬੇਬਿਲਿਟੀ ਵੀਜ਼ੇ ਦੀ ਸਿਕਸ ਈਚ ਤੇ ਜ਼ਿਆਦਾ, ਇੱਕ 'ਚ 5.5 ਹੋਣ ਦਾ ਮਤਲਬ ਯਕੀਨਨ ਡਿਕਲਾਈਨ ਨਹੀਂ ਹੈ। ਆਪਾਂ ਇਹ ਨਹੀਂ ਕਹਿ ਸਕਦੇ ਵੀ 1.5 ਡਿਕਲਾਈਨ ਹੋ ਕੇ ਹੀ ਰਹੇਗਾ। ਸੋ ਜੇ ਆਪਾਂ ਤਰੀਕੇ ਨਾਲ ਫਾਈਲ ਲਾਉਂਦੇ ਹਾਂ, ਬਾਕੀ ਪੈਰਾਮੀਟਰਸ ਓਕੇ ਹੈ, ਤਾਂ ਸਕਸੈਸ ਰੇਟ ਉਹਦੇ 'ਚ ਵੀ ਆਉਂਦਾ, ਔਰ ਨੋਨ ਕਿਊਬੈਕ ਵੀ ਆਉਂਦਾ। ਇੱਥੇ ਕਿਉਂ ਆਉਂਦਾ ਸੀ ਕਿਊਬੈਕ ਦਾ? ਕਿਉਂਕਿ ਬੱਚਿਆਂ ਦਾ ਮੈਨੂੰ ਸਵਾਲ, ਮੈਂ ਫੇਰੀ 'ਤੇ ਗਿਆ, ਸੋਮਵਾਰ ਨੂੰ ਮੈਂ ਚੰਡੀਗੜ੍ਹ ਹੋਊਂਗਾ ਜੀ, ਬੁੱਧਵਾਰ ਮੈਂ ਜਲੰਧਰ ਹੋਊਂਗਾ, ਜਿਹੜਾ ਮਿਲਣਾ ਚਾਹੁੰਦੇ ਨੇ, ਮੇਰਾ ਖਿਆਲ ਸਕੂਲ 'ਚ ਵੀ ਚੱਲ ਰਿਹਾ ਹੋਣਾ। ਸੋ ਜਿਹੜੇ 1.5 ਵਾਲਾ ਬੱਚਾ ਹੈਗਾ, ਜੇ ਉਹ ਆਇਲਸ ਕਰ ਕਰ ਥੱਕ ਗਿਆ, ਨਹੀਂ ਹੋ ਰਹੀ 19 ਪਾਸ ਆਊਟ ਦਾ, ਉਹ ਵੇਟ ਨਾ ਕਰੇ। ਦੂਜਾ ਜਿਹੜਾ ਆਸਟ੍ਰੇਲੀਆ ਜਾਣਾ ਚਾਹੁੰਦਾ, ਉਹ 19 ਵਾਲਾ ਤਾਂ ਬਿਲਕੁਲ ਜੁਲਾਈ ਇਨਟੇਕ ਨੂੰ ਲਾਸਟ ਲਿਖ ਕੇ ਮੰਨੇ, ਲਿਖ ਕੇ ਲੈ ਕਿ ਲਾਸਟ ਇਨਟੇਕ ਹੈ, ਰਾਈਟ। ਉਹ ਆਸਟ੍ਰੇਲੀਆ ਵਾਲੇ ਬੱਚਿਆਂ ਨੇ ਮੇਰੀ ਪੂਰੀ ਗੱਲ ਇੱਕ ਦਿਨ ਭਾਜੀ ਬੜਾ ਹਾਸਲਾ ਜਵਾਬ ਦਿੱਤਾ, ਉਹ ਕਹਿੰਦਾ ਸਰ ਚੱਕਰੇ ਹਾਲੇ ਆਨਲਾਈਨ ਪੜ੍ਹਨਾ ਹੋਣਾ, ਆਨਲਾਈਨ ਪੜ੍ਹਨਾ ਪੈਣਾ, ਵੀ ਸਭ ਤਾਂ ਗਿਆ ਨਹੀਂ ਸੀ ਵੀ ਆਨਲਾਈਨ ਪੜ੍ਹਨਾ ਪੈਣਾ। ਸੋ ਜੇ ਕਾਲਜਾਂ ਨੇ ਫੀਸ ਘਟਾਤੀ ਫਸਟ ਈਅਰ ਦੀ, ਸੈਕਿੰਡ ਈਅਰ ਦੀ, ਉਹ ਆਪਾਂ ਨੂੰ ਵੈਲਿਊ ਨਹੀਂ। ਜੇ ਗਵਰਨਮੈਂਟ ਨੇ ਕੁਆਰੰਟੀਨ ਪਾਲਿਸੀ ਕੱਢ ਕੇ ਬੱਚੇ ਸਲੋ ਕਰ ਲਏ, ਉਹਦੀ ਆਪਾਂ ਨੂੰ ਵੈਲਿਊ ਨਹੀਂ, ਵੈਲਿਊ ਹੋਈ ਹੈ ਵੀ ਜਿਸ ਦਿਨ ਸਾਰਾ ਖੁੱਲ੍ਹਾ ਛੱਡ ਦੋਗੇ ਉਸ ਦਿਨ ਜਾਵਾਂਗੇ, ਸੁਪਨਾ ਹੀ ਰਹਿ ਜਾਣਾ, ਯਾਦ ਰੱਖਿਓ। ਫਿਰ ਆਪਾਂ ਛੋਟੀ ਕੰਟਰੀ ਜਾਵਾਂਗੇ ਜਾਂ ਗੈਪ ਕਵਰ ਕਰਨ ਨੂੰ ਫਿਰਾਂਗੇ ਜਾਂ ਪੈਕੇਜਾਂ ਚੁਲਝਦੇ ਫਿਰਾਂਗੇ। ਸੋ ਅੱਜ ਰਾਈਟ ਕੋਰਸ ਦਾ ਫੈਸਲਾ ਲੈ ਕੇ ਰਾਈਟ ਕੰਟਰੀ ਜਾਂਦੇ ਰਹੋ, ਕਿਉਂਕਿ ਤੁਹਾਡਾ ਜਿੱਦਾਂ ਜਿੱਦਾਂ ਗੈਪ ਵੱਧਦਾ ਜਾਂਦਾ, ਜਿੱਥੋਂ ਭਾਅ ਜੀ ਨੇ ਪ੍ਰੋਗਰਾਮ ਸ਼ੁਰੂ ਕੀਤਾ 21 ਵਾਲੇ ਬੱਚੇ ਆਉਣ ਨੂੰ ਤਿਆਰ ਹੋਣਗੇ 21 ਸਪਟੈਂਬਰ ਦੇ ਵਿੱਚ ਜਾਂ ਜਨਵਰੀ 2022 ਦੇ ਵਿੱਚ, 2021 ਵਾਲਾ ਬਹੁਤ ਸਾਰਾ ਬੱਚਾ ਜਾਣ ਨੂੰ ਤਿਆਰ ਹੋਣਾ। ਜਵਾਬਦੇਹੀ ਵੱਧਦੀ ਜਾਣੀ ਹੈ ਵੀ ਇੰਨੇ ਇਨਟੇਕ ਤੁਸੀਂ 6 ਜਾਂ 7 ਕੱਢਤੇ, ਉਹ ਕਿੱਥੇ ਸੀਗੇ, ਤੁਸੀਂ ਕਿਉਂ ਨਹੀਂ ਆਏ ਡਿਊ ਟੂ ਕੋਵਿਡ? ਸੋ ਇਹ ਤਾਂ ਗੱਲ ਰਹੀ ਹੱਸ ਰਹੀ, ਬਟ ਇਹਦੇ 'ਚ ਮੈਸੇਜ ਜਿਹੜਾ ਤੁਹਾਨੂੰ ਦਿੱਤਾ ਗਿਆ, ਸੀਰੀਅਸ ਹੋਵੋ, ਅਪਲਾਈ ਕਰਨਾ ਚਾਹੁੰਦੇ ਹੋ ਟਾਈਮਲੀ ਕਰ ਲਓ, ਅੱਜ ਵੀ ਟਾਈਮ ਹੈ, ਬਟ ਬਾਅਦ ਦੇ ਵਿੱਚ ਇਹ ਨਾ ਹੋਵੇ ਗੈਪ ਆ ਜਾਵੇ ਅਤੇ ਕੰਪਰੋਮਾਈਜ਼ ਕੋਲਜ ਕੋਰਸ ਅਤੇ ਹਰ ਚੀਜ਼ ਨਾਲ ਕਰਨਾ ਪੈ ਜਾਵੇ, ਖਾਸ ਕਰ ਕੰਸਲਟੈਂਟ ਨਾਲ ਵੀ। ਸੋ ਸ਼ਵਾਂ ਨਹੀਂ ਅਲਾਓ ਕਰ ਰਿਹਾ ਜੀ, ਬਟ ਰਾਤੀ 8:30 ਫਿਰ ਜੁੜਾਂਗੇ ਤੁਹਾਡੇ ਨਾਲ, ਆਉਣੀ ਦਿੱਲੀ ਨਵਨੀਤ ਜੀ ਤੁਹਾਡੇ ਸ਼ੋਅ 'ਚ ਆਉਣ ਲਈ ਧੰਨਵਾਦ। ਥੈਂਕ ਯੂ ਭਾਅ ਜੀ, ਧੰਨਵਾਦ ਸਾਰੇ ਦਰਸ਼ਕਾਂ ਦਾ, ਸ਼ੋਅ ਨੂੰ ਇੱਥੇ ਖਤਮ ਕਰਦੇ ਹਾਂ, ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।